अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके नोटिफिकेशंस को ऑन कर लीजिए फॉर फ्यूचर अपडेट्स के लिए। हेलो फ्रेंड्स, आप जी का मेरे यूट्यूब चैनल में बहुत बहुत स्वागत है। सो अज की वीडियो के असं डिस्कस करेंगे कि जिवें कि तुहानू पता है अज मास्टर कैडर प्लस ई टी टी का जिहड़ा करैक्शन पैनल आ फिर तो ओपन होना है अते इहदे विच ਤੁਸੀਂ ਆਪਣੀਆਂ ਕਰੈਕਸ਼ਨਸ ਵਗੈਰਾ ਕਰ ਸਕਦੇ ਹੋ। ਸਪੈਸ਼ਲੀ ਜਿਹੜੇ ਸਿੱਖਿਆ ਪ੍ਰੋਵਾਈਡਰਸ ਅਤੇ ਵਲੰਟੀਅਰਸ ਸੀਗੇ ਉਹਨਾਂ ਦੇ ਆਪਸ਼ਨ ਵਿੱਚ ਯੈਸ ਹੋ ਗਈ ਸੀ, ਕਾਫੀ ਅਦਰ ਕੈਂਡੀਡੇਟਸ ਤੇ ਉਹ ਵੀ ਆਪਣੀ ਕਰੈਕਸ਼ਨ ਕਰ ਸਕਦੇ ਆ। ਕਾਫੀ ਕੈਂਡੀਡੇਟਸ ਦਾ ਕਹਿਣਾ ਸੀ ਕਿ ਸਰ ਆਪਣੀ ਆਪਾਂ ਜਿਹੜੀ ਸੈਲਫ ਅਟੈਚਡ ਫੋਟੋ ਹੈ ਉਹ ਅਪਲੋਡ ਕਰ ਸਕਦੇ ਹਾਂ ਈ ਟੀ ਟੀ ਦੇ ਜਿਹੜਾ ਪੈਨਲ ਆ ਉਹਦੇ ਵਿੱਚ। ਸੋ ਫਰੈਂਡ ਦੇਖੋ, ਹਾਲੇ ਇਹਦਾ ਕੋਈ ਪਤਾ ਨਹੀਂ ਹੈ, ਬਿਕੋਜ਼ ਇਸ ਵਾਰ ਫੋਰਮ ਆ ਜਿਹੜਾ ਉਹ ਅਪਡੇਟ ਹੋਣਾ ਹੈ। ਅਪਡੇਟ ਕੀ ਹੋਣਾ ਤੁਹਾਨੂੰ ਪਤਾ, ਤੁਸੀਂ ਸਾਰਿਆਂ ਨੇ ਨੋਟੀਫਿਕੇਸ਼ਨ ਤਾਂ ਦੇਖ ਹੀ ਲਿਆ ਹੋਣਾ ਹੈ। ਉਹਦੇ ਵਿੱਚ ਉਹਨਾਂ ਨੇ ਸਿੱਖਿਆ ਪ੍ਰੋਵਾਈਡਰ ਵਾਸਤੇ ਇੱਕ ਪਰਟੀਕੂਲਰ ਬਲੌਕਸ ਬਣਾਏ ਹੋਏ ਨੇ। ਪਹਿਲੇ ਬਣਾਏ ਹੋਏ ਕਿ ਆਰ ਯੂ ਸਿੱਖਿਆ ਪ੍ਰੋਵਾਈਡਰ, ਫਿਰ ਤੁਸੀਂ ਉਹ ਪੀਰੀਅਡ ਦੇ ਕਦੋਂ ਤੋਂ ਐਗਜ਼ੈਂਪਟਿਡ ਹੋ। ਉਸ ਤੋਂ ਬਾਅਦ ਉਹਨਾਂ ਨੇ ਉਹਦੇ ਵਿੱਚ ਇੱਕ ਬਲੌਕ ਹੋਰ ਐਡ ਕੀਤਾ ਹੈ ਕਿ ਅਪੁਆਇੰਟਮੈਂਟ ਡੇਟ ਵੀ ਆਪਣੀ ਲਿਖੋ, ਪਲੱਸ ਉਸ ਤੋਂ ਬਾਅਦ ਆਪਣਾ ਅਪੁਆਇੰਟਮੈਂਟ ਲੈਟਰ ਵੀ ਅਪਲੋਡ ਕਰੋ। ਇਹ ਸਾਰੇ ਜਿਹੜੇ ਨਵੀਆਂ ਚੀਜ਼ਾਂ ਕੀਤੀਆਂ। ਸੋ ਜਿਨ੍ਹਾਂ ਨੇ ਕੁਰੈਕਸ਼ਨ ਪਹਿਲੇ ਤੋਂ ਕੀਤੀ ਹੋਈ ਹੈ ਉਹਨਾਂ ਨੂੰ ਦੁਬਾਰਾ ਕਰਨ ਦੀ ਲੋੜ ਨਹੀਂ ਹੈ, ਕੰਪਲਸਰੀ ਨਹੀਂ ਹੈ। ਤੁਸੀਂ ਜਸਟ ਫੋਰਮ ਨੂੰ ਚੈੱਕ ਕਰ ਸਕਦੇ ਹੋ, ਗਲਤੀ ਨਾ ਕਰਿਓ ਇਸ ਵਾਰ, ਠੀਕ ਹੈ ਜੀ। ਗਲਤੀ ਹੋ ਗਈ ਫਿਰ ਔਖਾ ਹੈ ਜੀ, ਉਹ ਨਹੀਂ ਤੁਹਾਡੀ ਠੀਕ ਹੋਣੀ, ਬਿਕੋਜ਼ ਯੂ ਆਰ ਵੈਰੀ ਲੱਕੀ ਕਿ ਤੁਹਾਨੂੰ ਦੁਬਾਰਾ ਇਹ ਚਾਂਸ ਮਿਲਦਾ ਪਿਆ ਕੁਰੈਕਸ਼ਨ ਦਾ। ਤਾਂ ਬਾਕੀ ਸਾਰੀ ਪ੍ਰੋਸੈਸ ਜਿਹੜਾ ਹੈਗਾ ਹੈ ਪੂਰਾ ਲੇਆਊਟ, ਉਹ ਤਾਂ ਜਦੋਂ ਹੁਣ ਪੈਨਲ ਓਪਨ ਹੋਣਾ ਫਿਰ ਹੀ ਪਤਾ ਲੱਗਣਾ ਨਾ ਕਿ ਅਪਡੇਸ਼ਨ ਕੀਤੀ ਆ। ਦੇਖੋ, ਮੈਂ ਤੁਹਾਨੂੰ ਇੱਕ ਵਾਰ ਓਪਨ ਕਰਕੇ ਦੱਸ ਦਿੰਦਾ ਇੱਥੇ ਕਿ ਹਾਲੇ ਤੱਕ ਪੈਨਲ ਵਿੱਚ ਕੁਝ ਵੀ ਅਪਡੇਟ ਨਹੀਂ ਹੋਇਆ। ਦੁਪਹਿਰ ਦੇ 12 ਵਜੇ ਚੇਂਜਸ ਵਗੈਰਾ ਹੋਣੇ ਆ। ਕਾਫੀ ਤਾਂ ਕੈਂਡੀਡੇਟਸ ਦੀ ਕੁਰੈਕਸ਼ਨ ਕੀਤੀ ਹੋਈ ਹੈ, ਮੈਂ ਦੇਖ ਸਕਦੇ ਹੋ ਤੁਸੀਂ ਇੱਥੇ ਜਿਹੜੀ ਸੀਕੁਐਂਸ ਆਉਂਦੀ ਪਈ ਹੈ। ਮੈਂ ਆਪਣਾ ਫੋਰਮ ਫਿਲ ਕਰਦਾ ਇੱਥੇ, ਡਿਟੇਲਸ ਵਗੈਰਾ ਫੋਰਮ ਦੀ। ਤਾਂ ਇੱਥੇ ਫਿਲਹਾਲ ਹਾਲੇ ਦੇਖੋ, ਜਿਵੇਂ ਤੁਹਾਡਾ ਫੋਰਮ ਇੱਥੇ ਓਪਨ ਹੋ ਗਿਆ ਕੁਰੈਕਸ਼ਨ ਵਾਸਤੇ, ਇੱਥੇ ਆਉਣਾ ਫਿਲਡ ਬਟ ਨੋਟ ਅਪਰੂਵਡ, ਹਾਲੇ ਐਕਟੀਵੇਟ ਨਹੀਂ ਹੋਇਆ ਜਿਹੜਾ ਉਹਨਾਂ ਦਾ ਕੁਰੈਕਸ਼ਨ ਪੈਨਲ ਹੈ। ਜਦੋਂ ਹੀ ਹੁੰਦਾ ਇੱਥੇ ਤੁਹਾਡਾ ਆਪਸ਼ਨ ਚੇਂਜ ਹੋ ਜਾਣਾ ਹੈ। ਅਤੇ ਇੱਕ ਮੈਂ ਚੀਜ਼ ਫਿਰ ਤੋਂ ਦੁਬਾਰਾ ਰਿਪੀਟ ਕਰਨਾ ਚਾਹੁੰਦਾ ਕਿ ਗਲਤੀ ਨਾ ਕਰਿਓ ਕੈਟਾਗਰੀ ਦੀ। ਫਾਦਰ ਨੇਮ, ਮਦਰ ਨੇਮ, ਡੇਟ ਆਫ ਬਰਥ ਹੋ ਗਿਆ, ਤੁਹਾਡਾ ਫੋਨ ਨੰਬਰ ਹੋ ਗਿਆ, ਇਹਦੀ ਕੁਰੈਕਸ਼ਨ ਨਹੀਂ ਹੋਣੀ। ਇਹ ਕੁਰੈਕਸ਼ਨ ਤੁਹਾਡੀ ਡਾਇਰੈਕਟ ਬੋਰਡ ਜਾ ਕੇ ਹੀ ਹੋਣੀ ਹੈ, ਠੀਕ ਹੈ ਜੀ। ਬਾਕੀ ਅਦਰ ਕੁਰੈਕਸ਼ਨ ਹੈ ਤੁਹਾਡੀ ਕੁਆਲੀਫਿਕੇਸ਼ਨ, ਤੁਹਾਡਾ ਰੈਸ, ਤੁਹਾਡੀ ਫੋਟੋ। ਮਾਸਟਰ ਕੈਡਰ ਵਿੱਚ ਤਾਂ ਫੋਟੋ ਹੋ ਜਾਂਦੀ ਹੈ, ਈ ਟੀ ਡੀ ਦਾ ਪੈਨਲ ਹੁੰਦਾ ਹੈ ਓਪਨ, ਫਿਰ ਹੀ ਪਤਾ ਲੱਗਣਾ ਕਿ ਤੁਹਾਡੀ ਟੈਸਟਡ ਫੋਟੋ ਅਪਲੋਡ ਹੁੰਦੀ ਹੈ ਕਿ ਨਹੀਂ ਹੁੰਦੀ ਹੈ। ਜਦੋਂ ਹੀ ਪੈਨਲ ਓਪਨ ਹੁੰਦਾ ਹੈ ਪੈਨਲ ਕਾਫੀ ਜ਼ਿਆਦਾ ਬਿਜ਼ੀ ਹੋਣਾ ਹੈ, ਠੀਕ ਹੈ, ਜ਼ਿਆਦਾ ਕਾਹਲੀ ਨਾ ਕਰਿਓ, ਕਾਫੀ ਟਾਈਮ ਹੈ, ਠੀਕ ਹੈ ਜੀ। ਤੁਹਾਨੂੰ 2 ਦਿਨ ਦਾ ਟਾਈਮ ਦਿੱਤਾ ਹੋਇਆ, 7 ਤੋਂ ਲੈ ਕੇ, ਠੀਕ ਹੈ ਜੀ, 9 ਤਰੀਕ ਤੱਕ ਤੁਹਾਡੇ ਕੋਲ ਟਾਈਮ ਹੈ 12 ਤੋਂ 12। ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਉਹਦਾ ਸਲਿਊਸ਼ਨ ਲੈ ਸਕਦੇ ਹੋ, ਠੀਕ ਹੈ ਜੀ। ਅਗਰ ਤੁਸੀਂ ਮੇਰੇ ਥਰੂ ਕੁਰੈਕਸ਼ਨ ਕਰਾਉਣਾ ਚਾਹੁੰਦੇ ਹੋ, ਪੇਡ ਪ੍ਰੋਸੈਸ ਹੈ, ਟਾਈਮਿੰਗ ਮੈਂ ਤੁਹਾਨੂੰ ਦੱਸ ਦਿੰਦਾ ਟਾਈਮਿੰਗ ਕੀ ਹੈ, ਠੀਕ ਹੈ ਜੀ। ਮੇਰੇ ਥਰੂ ਕੁਰੈਕਸ਼ਨ ਕਰਾਉਣੀ ਹੈ, ਮੈਂ ਕੁਰੈਕਸ਼ਨ ਤੁਹਾਡੀ ਕਰ ਦਊਂਗਾ, ਜੋ ਵੀ ਚਾਰਜਸ ਵਗੈਰਾ ਹੋ ਗਏ ਮੈਂ ਤੁਹਾਨੂੰ ਦੱਸ ਦਊਂਗਾ। ਟਾਈਮਿੰਗ ਜਿਹੜੀ ਹੈਗੀ ਹੈ ਸ਼ਾਮ ਦੇ 7 AM ਤੋਂ ਲੈ ਕੇ 7 PM ਤੋਂ ਲੈ ਕੇ ਤੁਸੀਂ ਮੈਨੂੰ 1 PM ਤੱਕ ਜਿਸਲੇ ਮਰਜ਼ੀ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਠੀਕ ਹੈ ਜੀ। ਇਹ ਟਾਈਮਿੰਗ ਮੈਂ ਕਿਉਂ ਲੈ ਰਿਹਾ, ਬਿਕੋਜ਼ ਇਸ ਟਾਈਮ ਜਿਹੜੇ ਸਰਵਰਸ ਹੈ ਜ਼ਿਆਦਾ ਬਿਜ਼ੀ ਨਹੀਂ ਹੁੰਦੇ, ਠੀਕ ਹੈ। ਜੇ ਸਰਵਰ ਬਿਜ਼ੀ ਹੋਇਆ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰਨਾ ਹੈ, ਉਹਦੇ ਅਕੋਰਡਿੰਗ ਮੈਂ ਜੋ ਵੀ ਤੁਹਾਨੂੰ ਸਲਿਊਸ਼ਨ ਆ ਉਹ ਦੇ ਦਊਂਗਾ, ਠੀਕ ਹੈ ਜੀ। ਕਾਲੀ ਨਾ ਕਰਿਓ, ਮੈਂ ਤੁਹਾਨੂੰ ਵਾਰ ਵਾਰ ਵਰਡ ਯੂਜ਼ ਕਰ ਰਿਹਾ ਕਾਲੀ। ਕਾਲੀ 'ਚ ਅਗਰ ਤੁਸੀਂ ਕੰਮ ਗਲਤ ਕਰਤਾ ਫਿਰ ਠੀਕ ਹੈ ਜੀ, ਕੁਰੈਕਸ਼ਨ ਭੁੱਲ ਹੀ ਜਾ, ਉਹਦੇ ਵਾਸਤੇ ਤੁਹਾਨੂੰ ਬੋਰਡ ਹੀ ਵਿਜ਼ਿਟ ਕਰਨਾ ਪੈਣਾ। ਅਤੇ ਬੋਰਡ ਜਾ ਕੇ ਕੁਰੈਕਸ਼ਨ ਕਰਾਓਗੇ, ਬੋਰਡ ਵਾਲਿਆਂ ਦੇ ਨਖਰੇ ਬਹੁਤ ਹੁੰਦੇ ਆ ਜੀ। ਸੋ ਇਹ ਵੀ ਜਿਹੜੇ ਬੋਰਡ ਗਏ ਸੀ ਉਹਨਾਂ ਨੂੰ ਜ਼ਿਆਦਾ ਪਤਾ ਹੈ, ਕਾਫੀ ਕੈਂਡੀਡੇਟਸ ਬੋਰਡ ਗਏ ਵੀ ਸੀਗੇ ਅਤੇ ਉਹਨਾਂ ਨੂੰ ਉੱਦੇ ਹੀ ਆਉਣਾ ਪਿਆ, ਉਹਨਾਂ ਦੀ ਕੁਰੈਕਸ਼ਨ ਨਹੀਂ ਹੋਈ। ਬਟ ਦੇ ਆਰ ਵੈਰੀ ਲੱਕੀ ਕਿ ਕੁਰੈਕਸ਼ਨ ਪੈਨਲ ਓਪਨ ਹੋ ਗਿਆ, ਠੀਕ ਹੈ ਜੀ।
ਹਾਂ ਮੈਂ ਤੁਹਾਨੂੰ ਟਾਈਮਿੰਗ ਦੱਸਤੀ ਅਤੇ ਜਿਹੜੇ ਨੰਬਰ 'ਤੇ ਤੁਸੀਂ ਮੈਨੂੰ ਵਟਸਐਪ ਕਰਨਾ ਹੈ, ਠੀਕ ਹੈ ਜੀ, ਆਹ ਹੈ ਨੰਬਰ, ਤੁਸੀਂ ਇਸ 'ਤੇ ਮੈਨੂੰ ਵਟਸਐਪ ਕਰ ਸਕਦੇ ਹੋ ਜੋ ਵੀ ਤੁਹਾਡੀ ਕਿਊਰੀ ਹੈ, ਇਸ 'ਤੇ ਮੈਨੂੰ ਲਿਖ ਕੇ ਭੇਜ ਦਿਓ ਨੰਬਰ 'ਤੇ। ਅਤੇ ਜਦੋਂ ਤੁਸੀਂ ਮੈਨੂੰ ਮੈਸੇਜ ਕਰਨਾ ਹੈ ਆਪਣਾ ਨਾਮ, ਜਿੱਦਾਂ ਲਾ ਲਓ ਮੈਂ ਹੀ ਆਪਣਾ ਕੁਰੈਕਸ਼ਨ ਕਰਾਉਣਾ, ਮੇਰਾ ਨਾਮ ਅਰੁਣ ਹੈ, ਠੀਕ ਹੈ, ਮੇਰੀ ਡਿਸਟ੍ਰਿਕਟ, ਤੁਸੀਂ ਆਪਣੀ ਡਿਸਟ੍ਰਿਕਟ ਲਿਖਣੀ ਹੈ, ਮੇਰੀ ਡਿਸਟ੍ਰਿਕਟ ਹੁਸ਼ਿਆਰਪੁਰ ਹੈ, ਪਲੱਸ ਤੁਹਾਡਾ ਪੇਪਰ, ਪੇਪਰ 1 ਜਾਂ ਪੇਪਰ 2 ਜਾਂ ਮਾਸਟਰ ਕੈਡਰ ਜਾਂ ETT, ਅਗਰ ਦੋਨੇ ਕੀਤੇ ਤਾਂ ਤੁਸੀਂ ਦੋਨੇ ਹੀ ਉਹਦੇ ਵਿੱਚ ਫਿਲ ਕਰ ਦੇਣੇ ਆ, ਮੈਨੂੰ ਰਾਈਟ ਕਰਕੇ ਸੈਂਡ ਕਰ ਦੇਣੇ। ਅਤੇ ਤੁਹਾਡੀ ਗਲਤੀ ਕੀ ਹੈ, ਕਿਹੜੀ ਗਲਤੀ ਠੀਕ ਕਰਨੀ, ਤੁਹਾਡਾ ਬੋਰਡ ਗਲਤ ਹੋ ਗਿਆ, ਫੋਟੋ ਗਲਤ ਹੋ ਗਈ ਹੈ, ਠੀਕ ਹੈ ਜੀ, ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਡਿਟੇਲ ਗਲਤ ਹੋ ਗਈ ਹੈ, ਤੁਹਾਡਾ ਉਹਦੇ ਵਿੱਚ ਐਡਰੈਸ ਗਲਤ ਹੋ ਗਿਆ, ਤੁਸੀਂ ਅਕਾਊਂਟ ਨੰਬਰ ਨਹੀਂ ਪਾਇਆ, ਠੀਕ ਹੈ ਜੀ। ਇੱਦਾਂ ਦੀਆਂ ਜਿੰਨੀਆਂ ਵੀ ਅਪਡੇਟਸ ਹੈਗੀਆਂ, ਜਿੰਨੀ ਵੀ ਕੁਰੈਕਸ਼ਨਸ ਹੈਗੀਆਂ, ਤੁਸੀਂ ਮੈਨੂੰ ਵਟਸਐਪ 'ਤੇ ਕਰ ਦੇਣਾ, ਵਟਸਐਪ ਨੰਬਰ ਤੁਹਾਨੂੰ ਪ੍ਰੋਵਾਈਡ ਕਰਤਾ, ਟਾਈਮਿੰਗ ਦੱਸਤੀ ਹੈ, ਠੀਕ ਹੈ ਜੀ। ਕਾਫੀ ਜ਼ਿਆਦਾ ਮੈਸੇਜਸ ਵਗੈਰਾ ਹੋ ਜਾਂਦੇ, ਇਸ ਲਈ ਕਿਸੇ ਦਾ ਲੇਟ ਵੀ ਹੋ ਜਾਏ ਦੁਬਾਰਾ ਮੈਸੇਜ ਕਰ ਲਿਓ। ਕਾਫੀਆਂ ਦੇ ਮੈਂ ਕੁਰੈਕਸ਼ਨਸ ਵਗੈਰਾ ਜਿਨ੍ਹਾਂ ਦੀ ਪਹਿਲੇ ਕੀਤੀ ਸੀ, ਕਾਫੀਆਂ ਦਾ ਫਿਲਹਾਲ ਹੋ ਹੀ ਗਿਆ ਸੀਗਾ, ਲੇਕਿਨ ਕਾਫੀ ਕੀ ਕਰਦੇ ਇੱਕ ਵਾਰ ਮੈਸੇਜ ਕਰਕੇ ਛੱਡ ਦਿੰਦੇ ਆ, ਬਿਕੋਜ਼ ਫਰੈਂਡਸ ਕਾਫੀ ਜ਼ਿਆਦਾ, ਮੇਰੇ ਕੋਲ ਇਸ ਟਾਈਮ ਵੀ ਵੱਧ ਤੋਂ ਵੱਧ 5,000 ਕੰਟੈਕਟਸ ਹੋਣਾ ਹੈ, ਠੀਕ ਹੈ ਜੀ, ਵਟਸਐਪ ਦੇ ਵਿੱਚ ਮੇਰੇ ਕੋਲ 5,000 ਕੰਟੈਕਟਸ ਹੋਣਾ ਹੈ, ਤਾਂ ਸੋਚ ਲਓ ਕਿ ਤੁਹਾਡਾ ਜਿਹੜਾ ਮੈਸੇਜ ਹੈ ਕਿੱਥੇ ਜਾਊਗਾ। ਸੋ ਟਾਈਮਲੀ ਮੈਸੇਜ ਨੂੰ ਰਿਪੀਟ ਕਰਦੇ ਰਿਹਾ ਕਰੋ, ਜਸਟ ਕੋਈ ਤੁਸੀਂ ਮੈਸੇਜ ਦੇ ਵਟਸਐਪ 'ਤੇ ਕੋਈ ਮਿਸ ਕਾਲ ਕਰਤੀ ਛੋਟੀ ਜੀ, ਤਾਂ ਇਹੀ ਪ੍ਰੋਸੈਸ ਹੈ। ਬਾਕੀ ਮੈਂ ਤੁਹਾਨੂੰ ਸਾਰੇ ਜਿਹੜੇ ਸਟੈਪਸ ਹੈ ਐਕਸਪਲੇਨ ਕਰ ਹੀ ਦਿੱਤੇ ਆ, ਜਲਦੀ ਹੀ ਕੁਰੈਕਸ਼ਨ ਪੈਨਲ ਓਪਨ ਹੋ ਜਾਣਾ, ਕਾਹਲੀ ਨਾ ਕਰਿਓ, ਸਰਵਰ ਬਹੁਤ ਜ਼ਿਆਦਾ ਬਿਜ਼ੀ ਹੋ ਜਾਣਾ ਦਿਨੇ, ਤਾਂ ਰਾਤੀ ਟਰਾਈ ਕਰਿਓ, ਜੇ ਖੁਦ ਵੀ ਕਰਨਾ ਹੋਏ ਰਾਤੀ ਟਰਾਈ ਕਰਿਓ, ਠੀਕ ਹੈ, ਜ਼ਰੂਰੀ ਨਹੀਂ ਮੇਰੇ ਥਰੂ ਹੀ ਕਰਾਉਣਾ, ਜੇ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੀ ਕਰ ਸਕਦਾ ਤਾਂ ਮੇਰੇ ਥਰੂ ਕਰਾ ਲਿਓ। ਕੈਫੇ ਵਗੈਰਾ ਤੁਸੀਂ ਜਾਓਗੇ ਤੁਹਾਨੂੰ ਪਤਾ ਰਸ਼ ਕਾਫੀ ਹੈ, ਆਨਲਾਈਨ ਮੈਂ ਜੋ ਵੀ ਤੁਹਾਡੀ ਕਿਊਰੀ ਹੈ ਲੈ ਕੇ ਤੁਹਾਡੀ ਪ੍ਰੋਬਲਮ ਨਾਲ ਦੇ ਨਾਲ ਹੀ ਸੋਰਟ ਆਊਟ ਕਰਕੇ ਤੁਹਾਡਾ ਫਾਰਮ ਇੱਥੋਂ ਹੀ ਅਪਰੂਵ ਕਰ ਦੇਣਾ, ਨਾਲ ਦੇ ਨਾਲ ਤੁਹਾਨੂੰ ਮੈਂ ਇੱਕ ਪ੍ਰੂਫ ਵੀ ਭੇਜ ਦੇਣਾ ਜੋ ਤੁਹਾਡਾ ਐਪਲੀਕੇਸ਼ਨ ਫਾਰਮ ਜਨਰੇਟ ਹੋਣਾ, ਸਪੈਸ਼ਲੀ ਜਿਹੜੇ ਸਿੱਖਿਆ ਪ੍ਰੋਵਾਈਡਰਸ ਅਤੇ ਵਲੰਟੀਅਰਸ ਹੈਗੇ ਆ ਉਹਨਾਂ ਦੀ ਸਪੈਸ਼ਲ ਕੁਰੈਕਸ਼ਨ ਹੈ, ਠੀਕ ਹੈ ਜੀ। ਅਗਰ ਉਹਨਾਂ ਨੇ ਕਰਾਉਣੀ ਹੈ ਤਾਂ ਉਹ ਡਾਇਰੈਕਟ ਮੈਨੂੰ ਮੈਸੇਜ ਵੀ ਕਰ ਸਕਦੇ ਆ, ਠੀਕ ਹੈ ਜੀ, ਟੈਕਸਟ ਮੈਸੇਜ, ਬਾਕੀ ਸਾਰਾ ਮੈਂ ਪ੍ਰੋਸੈਸ ਤੁਹਾਨੂੰ ਐਕਸਪਲੇਨ ਕਰ ਹੀ ਦਿੱਤਾ ਹੈ। ਸਿੱਖਿਆ ਪ੍ਰੋਵਾਈਡਰ ਵਲੰਟੀਅਰ ਨੂੰ ਕਾਫੀ ਪ੍ਰੋਬਲਮਸ ਆਉਣੀ ਹੈ, ਠੀਕ ਹੈ, ਕਿਉਂ, ਬਿਕੋਜ਼ ਉਹਨਾਂ ਨੇ ਜਦੋਂ ਆਪਣਾ ਡਾਟਾ ਅਪਡੇਟ ਕਰਨਾ ਹੈ ਉਹਨਾਂ ਨੂੰ ਉੱਥੇ ਆਪਣਾ ਅਪਾਇੰਟਮੈਂਟ ਲੈਟਰ ਵੀ ਅਪਲੋਡ ਕਰਨਾ ਪੈਣਾ ਹੈ PDF ਫਾਰਮ ਦੇ ਵਿੱਚ, ਅਤੇ ਇਸ ਚੀਜ਼ ਧਿਆਨ ਨਾਲ ਸੁਣੋ, PDF ਫਾਰਮ ਦੇ ਵਿੱਚ ਅਤੇ ਉਹਨਾਂ ਨੂੰ ਉਸ ਪਰਟੀਕੂਲਰ ਲੈਟਰ ਦਾ ਸਾਈਜ਼ ਵੀ ਸੈੱਟ ਕਰਨਾ ਪੈਣਾ ਹੈ। ਅਗਰ ਉਹ ਲੈਟਰ ਦਾ ਸਾਈਜ਼ ਵੱਧ ਹੋਇਆ, PDF ਫਾਰਮੈਟ ਨਾ ਹੋਇਆ, ਤਾਂ ਤੁਹਾਡਾ ਫਾਰਮ ਜਿਹੜਾ ਹੈ ਉਹ ਲੌਕ ਨਹੀਂ ਹੋਣਾ, ਠੀਕ ਹੈ ਜੀ। ਇਹ ਸਾਰੀਆਂ ਜਿਹੜੀਆਂ ਮੈਂ ਤੁਹਾਨੂੰ ਪੂਰੀਆਂ ਗਾਈਡਲਾਈਨਸ ਪਲੱਸ ਸਟੈਪਸ ਦੱਸਿਆ, ਬਹੁਤ ਜ਼ਰੂਰੀ ਹੈ, ਅਦਰ ਫਰੈਂਡਸ ਦੇ ਨਾਲ ਵੀ ਜ਼ਰੂਰ ਸ਼ੇਅਰ ਕਰੋ, ਠੀਕ ਹੈ ਜੀ। ਇਸ ਦੇ ਰਿਗਾਰਡਿੰਗ ਹੋਰ ਕੋਈ ਵੀ ਕਿਊਰੀ ਜਾਂ ਕੁਐਸਚਨ ਹੁੰਦਾ ਤੁਹਾਡਾ, ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਪੁੱਛੋ। ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਜਾਇਆ ਕਰੋ, ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਸੋ ਡੈਟ ਇਨ ਫਿਊਚਰ ਜਿਹੜੀਆਂ ਵੀ ਇੱਦਾਂ ਲੇਟੈਸਟ ਅਪਡੇਟਸ, ਟੈਕਨੀਕਲ ਅਪਡੇਟਸ ਆਉਂਦੀਆਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਨਹੀਂ ਮਿਲਦਾ ਰਹੇ। ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੋਰ ਅਵੇਲੇਬਲ ਟਾਈਮ।